ਮੇਰਨ ਪਾਕਿਸਤਾਨ ਅਸਲਾਮ ਅਲੈਕੁਮ ਵੈਲਕਮ ਬੈਕ ਟੂ ਮਾਈ ਚੈਨਲ ਜੇ ਅੱਜ ਮੈਨੂੰ ਜੁੱਤੀ ਦੀ ਜ਼ਰੂਰਤ ਸੀ ਤਾਂ ਮੈਂ ਜੁੱਤੀ ਲੈਣ ਆਇਆ ਟਾਊਨ ਦੇ ਵਿੱਚੋਂ ਮੈਂ ਕਿਹਾ ਚਲੋ ਨਾਲੇ ਤੁਹਾਨੂੰ ਥੋੜ੍ਹਾ ਜਿਹਾ ਟਾਊਨ ਵੀ ਦਿਖਾਉਂਦੇ ਹਾਂ ਅਤੇ ਨਾਲੇ ਜੁੱਤੀ ਵੀ ਲੈਂਦੇ ਹਾਂ ਅਤੇ ਨਾਲੇ ਤੁਹਾਡੇ ਨਾਲ ਕੋਈ ਗੱਪਾਂ ਛੱਪਾਂ ਲਾਉਂਦੇ ਹਾਂ ਅਤੇ ਚਲੋ ਆ ਜਾਓ ਫਿਰ ਚੱਲਦੇ ਹਾਂ ਆਪਾਂ ਜੁੱਤੀ ਚਾਹੀਦੀ ਸੀ ਆਪਾਂ ਨੂੰ ਵਾਕ ਕਰਨ ਵਾਸਤੇ ਕਿਉਂਕਿ ਅੱਜ ਕੱਲ੍ਹ ਪ੍ਰੋਗਰਾਮ ਬਣਾਇਆ ਹੈ ਤੁਰਨ ਦਾ ਅਤੇ ਮੇਰੀ ਜੁੱਤੀ ਦੇ ਜਿਹੜੀ ਪਹਿਲੇ ਸ਼ੂਜ਼ ਹੈਗੇ ਆ ਉਹਨਾਂ ਦੇ ਵਿੱਚ ਨਾ ਹੁਣ ਪਾਣੀ ਪੈ ਜਾਂਦਾ ਅਤੇ ਮੈਂ ਸੋਚਿਆ ਕਿ ਹੁਣ ਥੋੜ੍ਹੇ ਜਿਹੇ ਪੈਸੇ ਖਰਚ ਹੀ ਲੈਂਦੇ ਹਾਂ ਕੀ ਕਰਨੇ ਇੰਨੇ ਪੈਸੇ ਜੋੜ ਕੇ ਨਾਲ ਸਾਡੀ ਬੇਗਮ ਸਾਹਿਬ ਨੇ ਅਤੇ ਨਾਲ ਛੋਟੀ ਸ਼ਹਿਜ਼ਾਦੀ ਹੈ ਅਤੇ ਅਸੀਂ ਹੁਣ ਜਾ ਰਹੇ ਹਾਂ ਅਤੇ ਤੁਹਾਨੂੰ ਥੋੜ੍ਹਾ ਜਿਹਾ ਟੋਨ ਵੀ ਦਿਖਾਉਂਦੇ ਹਾਂ ਲਓ ਤੁਸੀਂ ਪਹਿਲੇ ਟੋਨ ਦੇਖ ਲਓ ਫਿਰ ਤੁਹਾਨੂੰ ਜੁੱਤੀ ਦਿਖਾਉਂਦੇ ਹਾਂ ਕਿਹੜੀ ਜੁੱਤੀ ਲਈ ਹੈ ਨਾਲ ਸਾਡੇ ਛੋਟੀ ਸ਼ਹਿਜ਼ਾਦੀ ਵੀ ਹੈ ਅਤੇ ਸ਼ਹਿਜ਼ਾਦੀ ਕੀ ਕਹਿੰਦੀ ਹੈ ਜੀ ਸ਼ਹਿਜ਼ਾਦੀ ਤੁਹਾਨੂੰ ਕੁਛ ਚਾਹੀਦਾ ਦੱਸੋ ਕੁਛ ਨਹੀਂ ਚਾਹੀਦਾ ਤੁਹਾਨੂੰ ਅੱਛਾ ਠੀਕ ਹੈ ਵੈਸੇ ਟਾਊਨ 'ਚ ਆਉਣਾ ਤੁਹਾਨੂੰ ਕਿੱਦਾਂ ਮਹਿਸੂਸ ਹੁੰਦਾ ਕੈਸਾ ਲੱਗਦਾ ਟਾਊਨ 'ਚ ਆਉਣਾ ਤੁਸੀਂ ਕਹੋ ਅਸੀਂ ਹਰ ਰੋਜ਼ ਹੀ ਆਉਂਦੇ ਹਾਂ ਕਰਕੇ ਤੁਸੀਂ ਹੁਣ ਹਾਂਜੀ ਹਰ ਰੋਜ਼ ਹੀ ਆਉਂਦੇ ਪੜ੍ਹਨ ਨਹੀਂ ਆਉਣਾ ਹੁੰਦਾ ਇੱਥੇ ਘੰਟਾ ਘਰ ਆਫ ਗਲਾਸਗੋ ਪਰ ਇਹਨੂੰ ਸਿਰਫ ਚਾਰ ਸੜਕਾਂ ਹੀ ਲੱਗਦੀਆਂ ਨੇ ਇੱਕ ਦੋ ਤਿੰਨ ਅਤੇ ਚਾਰ ਲਓ ਜੀ ਕ੍ਰਿਸਮਿਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਇਹ ਸਾਹਮਣੇ ਜੋ ਨਜ਼ਰ ਆ ਰਹੇ ਨੇ ਐਪਲ ਦੀ ਸ਼ੋਪ ਆ ਐਪਲ ਸਟੋਰ ਹੈ ਇੱਥੇ ਅਤੇ ਮੈਂ ਤਾਂ ਇੱਥੋਂ ਕੁਛ ਨਹੀਂ ਖਰੀਦਿਆ ਮੈਂ ਤਾਂ ਐਪਲ ਆਈਫੋਨ 14 ਪ੍ਰੋ ਮੈਕਸ ਜਿਹੜਾ ਸੀ ਡਾਇਰੈਕਟ ਔਨਲਾਈਨ ਖਰੀਦਿਆ ਸੀ ਪਰ ਮਹੀਨਾ ਲੱਗ ਗਿਆ ਸੀ ਆਉਣ ਨੂੰ ਕੌਫੀ ਵੀ ਲੈ ਲਈ ਸਟਾਰਬਕਸ ਤੋਂ ਹੁਣ ਜੁੱਤੀ ਵੀ ਲੈ ਲਈ ਹੈ ਅਤੇ ਹੁਣ ਅਸੀਂ ਚੱਲੇ ਹਾਂ ਜਨਾਬ ਕੋਸਟਕੋ ਤੋਂ ਕੁਛ ਚੀਜ਼ਾਂ ਲੈਣੀਆਂ ਨੇ ਅਤੇ ਚਲੋ ਤੁਹਾਨੂੰ ਕੋਸਟਕੋ ਵੀ ਦਿਖਾਉਂਦੇ ਹਾਂ ਅੱਜ ਲਓ ਜੀ ਕੋਸਟਕੋ ਦੇ ਵਿੱਚ ਐਨਕਾਂ ਪਈਆਂ ਨੇ ਅਤੇ ਨਾ ਐਨਕਾਂ ਦੇ ਵਿੱਚ ਤੀਵੀਆਂ ਦੀਆਂ ਐਨਕਾਂ ਨੇ ਸਾਰੀਆਂ ਇੱਧਰ ਸਾਈਡ 'ਤੇ ਪਈਆਂ ਲੇਡੀਜ਼ ਐਨਕਾਂ ਸਨ ਗਲਾਸਿਸ ਪਰ ਬੰਦਾ ਪੁੱਛੇ ਉਹਨਾਂ ਨੇ ਵੀ ਇਹਨਾਂ ਨੇ ਇਸ ਟਾਈਮ 'ਤੇ ਇਹਨਾਂ ਨੂੰ ਲਾਇਆ ਹੋਇਆ ਇੰਨੀ ਠੰਡ ਦੇ ਵਿੱਚ ਅਤੇ ਬੱਦਲ ਤਾਂ ਧੁੱਪ ਦਾ ਨਿਕਲਦੀ ਕੋਈ ਨਹੀਂ ਅਤੇ ਬੱਦਲ ਕਿਤੇ ਜਾਂਦੇ ਨਹੀਂ ਅਤੇ ਇਹਨਾਂ ਨੇ ਇੱਥੇ ਸਨ ਗਲਾਸਿਸ ਲਾਏ ਹੋਏ ਆ ਇਹ ਪਏ ਨੇ ਲੈਪਟੋਪ ਗੇਮਿੰਗ ਲੈਪਟੋਪ ਨੇ ਐਪਲ ਵਾਚ ਆਈਪੈਡਸ ਮੋਬਾਈਲ ਫੋਨ ਆਈਫੋਨ 13 ਪਰ ਹੁਣ ਤਾਂ ਆਈਫੋਨ 14 ਆ ਗਿਆ ਥੱਕ ਗਏ ਮੈਨੂੰ ਲੱਗਦਾ ਹੈ ਹੀ ਬਹੁਤ ਬੜੀ ਹੈ ਇਹ ਸਾਰਾ ਕੱਪੜੇ ਦਾ ਸੈਕਸ਼ਨ ਆ ਗਿਆ ਬਹੁਤ ਬੜੀ ਹੈ ਯਾਰ ਇਹ ਫੁੱਟਬਾਲ ਪਏ ਆ ਸਾਰੇ ਪਾਕਿਸਤਾਨ ਤੋਂ ਬਣ ਕੇ ਆਏ ਆ ਮੇਡ ਇਨ ਪਾਕਿਸਤਾਨ ਇੱਥੇ ਸਾਡੀ ਸਕੋਟਿਸ਼ ਪ੍ਰੀਮੀਅਰ ਲੀਗ ਹੈਗੀ ਹੈ ਉਹਦੇ ਵਿੱਚ ਇਸਤੇਮਾਲ ਹੁੰਦਾ ਇਹ ਦੇਖੋ ਮੇਡ ਇਨ ਪਾਕਿਸਤਾਨ ਮਾਸ਼ਾਅੱਲਾ ਜੀ ਮਾਸ਼ਾਅੱਲਾ ਲਓ ਜੀ ਇਹ ਪਈ ਹੈ ਫਿਸ਼ ਬੋਨਲੈਸ ਕੋਡ ਫਿਸ਼ ਟਰਾਊਟ ਇਹ ਹੈਗੀ ਹੈ ਸਾਮਨ ਟਰਾਊਟ ਅਤੇ ਸਾਮਨ 'ਚ ਕੋਈ ਫਰਕ ਨਹੀਂ ਹੈਗਾ ਕਲਰ ਦੇ ਵਿੱਚ ਇਹ ਦੇਖੋ ਕਿੰਨੇ ਸਾਰੇ ਪਏ ਆ ਕੇਕ ਇੱਧਰ ਵੀ ਕੇਕ ਇੱਧਰ ਵੀ ਕੇਕ ਕੈਰਟ ਕੇਕ ਚੋਕਲੇਟ ਕੇਕ ਕੋਸਟਕੋ ਜਦੋਂ ਆਓ ਚੰਗਾ ਭਲਾ ਇੱਥੇ ਖਰਚਾ ਹੋ ਜਾਂਦਾ ਖਰਚਾ ਥੋੜ੍ਹਾ ਜਿਹਾ ਨਹੀਂ ਚੰਗਾ ਭਲਾ ਹੋ ਜਾਂਦਾ ਪਰ ਇਹ ਕਿ ਫਿਰ ਇੱਕ ਵਾਰੀ ਸਮਾਨ ਲਿਜਾ ਕੇ ਰੱਖ ਲਈਦਾ ਅਤੇ ਫਿਰ ਵਾਰ ਵਾਰ ਜਿਹੜਾ ਹੈਗਾ ਸ਼ੋਪ ਸਾਨੂੰ ਹੀ ਨੱਠਣਾ ਪੈਂਦਾ ਠੀਕ ਹੀ ਰਹਿੰਦਾ ਮਸਲਾ ਇਹ ਕੋਕੋਨਟ ਵਾਟਰ ਮੈਨੂੰ ਬੜਾ ਪਸੰਦ ਹੈ ਯਾਰ
ਮੈਂ ਜਦੋਂ ਆਵਾਂ ਸਾਡੇ ਤੋਂ ਇੱਕ ਲੈ ਕੇ ਜਾਣਾ ਮੈਂ ਚੱਕ ਇਹ ਪਿਆ ਜੀ ਮਿਨਰਲ ਵਾਟਰ ਕਿੰਨਾ ਪਿਆ ਇੱਥੇ ਦੇਖੋ ਹਾਲਾਂਕਿ ਇੱਥੇ ਆਪਣਾ ਸਾਡਾ ਸਕੋਟਲੈਂਡ ਦਾ ਪਾਣੀ ਬੜਾ ਮਜ਼ੇਦਾਰ ਹੈ ਪਰ ਇੱਥੇ ਅਸੀਂ ਵੀ ਨਿਆਣੇ ਜਿਹੜੇ ਨਾ ਉਹ ਨਹੀਂ ਮੰਨਦੇ ਇਹੀ ਪਾਣੀ ਚੱਕ ਚੱਕ ਕੇ ਪੀਂਦੇ ਬੋਤਲਾਂ ਚੱਕ ਕੇ ਪੀਣੀਆਂ ਸੌਖੀਆਂ ਨਾ ਚਲੋ ਚੱਕ ਲੈਂਦੇ ਦੋ ਕਿੱਥੋਂ ਕੇਸ ਅੰਨੇ ਵਾਰ ਰੈੱਡ ਬੁੱਲ ਪਿਆ ਦੇਖ ਲਓ ਕਿੰਨਾ ਰੈੱਡ ਬੁੱਲ ਪਿਆ ਲੋਕ ਬਹੁਤ ਪੀਂਦੇ ਰੈੱਡ ਬੁੱਲ ਇਹ ਪੀਏ ਸੁਸ਼ੀ ਫਿਸ਼ ਅਤੇ ਰਾਈਸ ਹੁੰਦੀ ਹੈ ਇਹਦੇ ਵਿੱਚ ਬੜੀ ਮਜ਼ੇ ਦੀ ਹੁੰਦੀ ਹੈ ਕਮਾਲ ਹੈ ਜੀ ਹਾਂਜੀ ਸੁਣਾਓ ਫਿਰ ਕਿੱਦਾਂ ਤੁਸੀਂ ਤੁਸੀਂ ਕੀ ਲਿਆ ਦੱਸੋ ਕੇਕ ਲੈਣਾ ਹੋਰ ਕੀ ਲਿਆ ਚਾਹ ਲੈਣੀ ਕੌਫੀ ਕੰਮ ਚੱਲੀਏ ਪਿਆਜ਼ ਕੰਡੇ ਪਏ ਨੇ ਭਾਈ ਆ ਇੱਥੇ ਓਨੀਅਨ ਟਾਵਰ ਆਫ ਟ੍ਰੀਟਸ ਕ੍ਰਿਸਮਸ ਦੇ ਗ੍ਰਿਫਟ ਆ ਕੇ ਸਟਾਰਟ ਹੋ ਗਿਆ ਜੀ ਉਹਨੇ ਸਾਨੂੰ ਵੀ ਚਾਹੀਦੇ ਹੋਣੇ ਆਂਡੀਆਂ ਗੁਆਂਢੀਆਂ ਨੂੰ ਦੇਣ ਲਈ ਅਤੇ ਮੇਰਾ ਖਿਆਲ ਆ ਕੋਈ ਚੁੱਕ ਲੈਂਦੇ ਹਾਂ ਅਸੀਂ ਵੀ ਥੋੜ੍ਹੇ ਜਿਹੇ ਵਿੱਚੋਂ ਅਸੀਂ ਤਾਂ ਉੱਧਰ ਦੇਖ ਰਹੇ ਸੀ ਪਰ ਇੱਥੇ ਜ਼ਿਆਦਾ ਵਰਾਇਟੀ ਪਈ ਹੈ ਚੋਕਲੇਟਸ ਦੀ ਗਿਫਟ ਪੈਕਸ ਚਲੋ ਇੱਥੋਂ ਚੁੱਕਦੇ ਹਾਂ ਕੁਛ ਇੱਥੋਂ ਦੇਖ ਲੈਂਦੇ ਹਾਂ ਲਓ ਜੀ ਸ਼ੋਪਿੰਗ ਹੋ ਗਈ ਅਤੇ ਹੁਣ ਜਿਹੜਾ ਨਾ ਜਨਾਬ ਇੱਥੋਂ ਤੇਲ ਪਾ ਲਈਏ ਗੱਡੀ ਦੇ ਵਿੱਚ ਟੈਂਕੀ ਫੁੱਲ ਕਰਾ ਲੈਣੀ ਹੈ ਆਪਾਂ ਇੱਥੋਂ ਲਓ ਜੀ ਹੁਣ ਤੇਲ ਪਾ ਲਿਆ ਬਸ ਉੱਥੇ ਨਿਕਲਦੇ ਹਾਂ ਕੋਸਕੋ ਦੇ ਵਿੱਚੋਂ ਅਤੇ ਭੁੱਖ ਬੜੀ ਲੱਗੀ ਸੀ ਮੈਂ ਕਿਹਾ ਜਾਂਦੇ ਜਾਂਦੇ ਕੁਛ ਖਾ ਲਈਏ ਅਤੇ ਲਓ ਜੀ ਚਲੀਏ ਫਿਰ ਕੋਸਟਕੋ ਇੱਥੋਂ ਹੋ ਗਿਆ ਸੀ ਪਾਰਕ ਅਤੇ ਹੁਣ ਅਸੀਂ ਚੱਲੇ ਹਾਂ ਲਓ ਜੀ ਇਹ ਸੀ ਅੱਜ ਦਾ ਛੋਟਾ ਜਿਹਾ ਵਲੋਗ ਜਿਹੜੀ ਦੇ ਰੂਟੀਨ ਸੀ ਉਹ ਤੁਹਾਨੂੰ ਦਿਖਾਈਏ ਉਮੀਦ ਕਰਨਾ ਤੁਹਾਨੂੰ ਪਸੰਦ ਆਇਆ ਹੋਵੇਗਾ ਵਲੋਗ ਜੇ ਤੁਹਾਨੂੰ ਪਸੰਦ ਆਇਆ ਤਾਂ ਇਹਨੂੰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰੀਓ ਥੈਂਕ ਯੂ ਵੈਰੀ ਮੱਚ ਅੱਲਾ ਹਾਫਿਜ਼